बच्चो अज का सबक है दयानतदारी इमानदारी ते वफादारी। इना क पढ़ो कि उस पढ़ाई की वजह तो अपने मुल्क लई तुसी फायदेमंद साबित होवो, क्योंकि पहले तो सारे पढ़े लिखे ने साडियां उम्मीदां ते गटरां दा पानी फेर दित्ता। बच्चो सारे तालियां मार दे। हाले मैं होर पढ़ाउणा सी, पहले तालियां मार के माइंड अप करा। ओके, किसे दे ज़हन च कोई सवाल होवे ते पुछ सकदा है। मैं पुछना है, मेरे अबू कहंदे आ कि तू इत्थे जिन्ना मर्जी पढ़ ला तेनू कख नहीं आउणा, क्योंकि तुहाडी मम्मी साफ सत पढ़ी है। ਭਾਵੇਂ ਮੈਂ ਸਾਤੀ ਪੜ੍ਹੀ ਆ, ਫਾਰਮਿੰਗ ਪੜ੍ਹਾਉਣ ਦਾ ਤਜਰਬਾ ਬੜਾ। ਵੇਖ ਲੱਗਦਾ ਖਰਬੂਜੇ ਤੇ ਸੁਰਖੀ ਲੱਗੀ। ਜੀਤੇ ਰਹੋ। 1200 ਤਨਖਾਹ ਤੇ ਏਦਾਂ ਦੀ ਲੱਭਦੀ ਕੀ ਖੁਸਰ ਖੁਸਰ ਕਰੀ ਜਾਂਦੇ ਵੇ ਤੁਸੀਂ। ਅਸਲਾਮ ਅਲੈਕਮ। ਹੈਲੋ, ਦੋ ਸੂਤਰ ਦੀ ਸਤਾਨੀ, ਇੱਥੇ ਮੇਰਾ ਇੱਕ ਮੁੰਡਾ ਪੜ੍ਹਦਾ ਜ਼ੁਬੈਰ ਨਾਮ ਦਾ। ਅਬੂ ਮੈਂ ਓ ਮੇਰਾ ਜਾਲੀ ਪੜਾਕੂ ਬੱਚਾ, ਕਿੱਦਾਂ ਬੇਟੇ ਕੋ ਖੁਦਾ ਨਾ ਖਾਸਤਾ ਪੜ੍ਹਾਈ ਤੇ ਨਹੀਂ ਸਹੀ ਹੋ ਰਹੀ? ਹੋ ਰਹੀ ਹੈ ਹਾਲੇ ਤੱਕ। ਮੇਰਾ ਖਿਆਲ ਅਲਿਫ ਅਨਾਰ ਤੇ ਬੇ ਬਿੱਲੀ ਤੇ ਹੀ ਹੈ। ਇੱਥੇ ਪੜ੍ਹਾਈ ਬਿਲਕੁਲ ਸਹੀ ਹੁੰਦੀ ਆ। ਮੈਂ ਜਾਣਦਾ ਜਿੱਦਾਂ ਦੀ ਪੜ੍ਹਾਈ ਹੁੰਦੀ ਹੈ। ਚਲੋ ਅੱਜ ਬੱਚਿਆਂ ਨੂੰ ਮੈਂ ਪੜਾਉਣਾ ਅਲਿਫ ਅਨਾਰ ਬੇ ਨਾ ਬਿਜਲੀ ਬੰਦ ਤੇ ਪੇ ਨਾ ਪੈਟਰੋਲ ਸ਼ਾਰਟ ਤੇ ਨਾ ਤੁਸੀਂ ਟੇ ਨਾ ਟੂਟੀ ਖੋਲੋ ਤੇ ਸੇ ਨਾ ਸਾਰੀ ਰਾਤ ਪਾਣੀ ਡੀਕੋ ਜੀਮ ਨਾ ਜੀਂਦੇ ਜੀ ਮਰ ਗਏ ਕਿਉਂਕਿ ਚੇ ਨਾ ਚੁੱਲ੍ਹੇ ਬੰਦ ਹੋ ਗਏ ਹੇ ਹਕੂਮਤ ਨੂੰ ਖੇ ਖਿਆਲ ਕੋਈ ਨਹੀਂ ਸਵਾਦ ਸਬਰ ਨਾਲ ਕੱਟ ਲਓ ਸਾਰੇ ਲਾਮ ਲੰਘ ਜਾਣੇ ਬਕਾਇਆ ਵਿਸਾਲ ਕੋਈ ਨਹੀਂ ਇਹਨੂੰ ਕਹਿੰਦੇ ਨੇ ਪੜ੍ਹਾਈ चलो अंदर बे ना बहुत कुटिया मैं उन्होंने पे ना पुछला भावे मीम ना माफिया मांगते रहे मेरे को। अच्छा जी आहो पुछला भावे ठीक है ओके पर बारी थानी ते मैं देखिया तुहानू कुट पैन दई सी। तू गलत देखिया। अच्छा जो तू देखिया वो कैमरे दी सफाई सी चौका।